ਅੱਜ ਦਾ ਵਿਸ਼ਾ ਹੈ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਭਾਰਤ ਦੇ ਇਤਿਹਾਸ ਉੱਤੇ ਕੀ ਪ੍ਰਭਾਵ ਪਿਆ। ਪਹਿਲਾਂ ਵਾਲੇ ਲੈਕਚਰ ਦੇ ਵਿੱਚ ਆਪਾਂ ਰਾਜਨੀਤਿਕ ਕਾਰਨ ਜਿਹੜੇ ਜਾਂ ਰਾਜਨੀਤਿਕ ਖੇਤਰ ਵਿੱਚ ਪ੍ਰਭਾਵ ਕਰ ਲਏ ਸੀ ਭਾਰਤ ਦੀ ਭੂਗੋਲਿਕ ਵਿਸ਼ੇਸ਼ਤਾਵਾਂ ਦੇ। ਅੱਜ ਆਪਾਂ ਕਰਾਂਗੇ ਸਮਾਜਿਕ ਖੇਤਰ ਦੇ ਵਿੱਚ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਕਿਸ ਤਰ੍ਹਾਂ ਜਿਹੜਾ ਪ੍ਰਭਾਵਿਤ ਕੀਤਾ ਗਾ। ਸਮਾਜਿਕ ਖੇਤਰ ਦੇ ਵਿੱਚ ਪ੍ਰਭਾਵ ਨੰਬਰ 1 ਤੇ ਕੀ ਹੈ, ਭਾਰਤ ਵਾਸੀਆਂ ਵਿੱਚ ਸਹਿਣਸ਼ੀਲਤਾ ਅਤੇ ਪ੍ਰਾਹੁਣਾਚਾਰੀ ਦੀ ਭਾਵਨਾ। ਹੁਣ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਜਾਂ ਪ੍ਰਸਥਿਤੀਆਂ ਨੇ ਇੱਥੋਂ ਦੇ ਲੋਕਾਂ ਵਿੱਚ ਸਦਾ ਸਹਿਣਸ਼ੀਲਤਾ, ਪ੍ਰਾਹੁਣਾਚਾਰੀ ਦੀ ਜਿਹੜੀ ਭਾਵਨਾ ਸੀ ਉਹ ਪੈਦਾ ਕਰ ਦਿੱਤੀ। ਜਿਹੜਾ ਭਾਰਤ ਆ ਉਹ ਬਹੁਤ ਹੀ ਜਿਹੜਾ ਵਿਸ਼ਾਲ ਦੇਸ਼ ਹੈ ਤੇ ਇਹਦੇ ਵਿੱਚ ਇੱਥੋਂ ਦੀ ਜਿਹੜੀ ਧਰਤੀ ਆ ਉਹ ਵੀ ਭਿੰਨ ਭਿੰਨ ਤਰ੍ਹਾਂ ਦੀ ਆ ਤੇ ਜਲਵਾਯੂ ਵੀ ਭਿੰਨ ਭਿੰਨ ਪ੍ਰਕਾਰ ਦਾ ਹੈ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਵੀ ਅਲੱਗ ਅਲੱਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਤੇ ਅਲੱਗ ਅਲੱਗ ਜਿਹੜੇ ਧਰਮ ਨੇ ਤੇ ਧਰਮਾਂ ਦੇ ਵਿੱਚ ਜਿਹੜੇ ਮਤਭੇਦ ਨੇ ਉਹ ਵੀ ਜਿਹੜੇ ਇੱਥੋਂ ਦੇ ਲੋਕਾਂ ਨੇ ਪ੍ਰਵਾਨ ਕਰ ਲਏ, ਸਵੀਕਾਰ ਕਰ ਲਏ। ਪ੍ਰਕਿਰਤਿਕ ਜਿਹੜੀਆਂ ਭਿੰਨਤਾਵਾਂ ਹੁੰਦੇ ਹੋਏ ਵੀ ਵੱਖ ਵੱਖ ਯੁੱਗਾਂ ਦੇ ਵਿੱਚ ਭਾਰਤ ਦੇ ਜਿਹੜੇ ਵੱਖ ਵੱਖ ਖੇਤਰ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹ ਇੱਕ ਦੂਜੇ ਦੇ ਨਾਲ ਮਿਲ ਕੇ ਰਹੇ, ਮਿਲ ਜੁਲ ਕੇ ਰਹੇ, ਆਪਸ ਦੇ ਵਿੱਚ ਮਤਲਬ ਕਿ ਮਿਲ ਜੁਲ ਕੇ ਰਹਿਣਾ ਮਤਲਬ ਕਿ ਸਹਿਣਸ਼ੀਲਤਾ ਮਤਲਬ ਕਿ ਉਹਨਾਂ ਦੇ ਵਿੱਚ ਬਣੀ ਰਹੀ। ਇੱਥੋਂ ਤੱਕ ਜਦੋਂ ਵੀ ਕੋਈ ਬਾਹਰੋਂ ਹਮਲਾਵਰ ਆਉਂਦਾ ਜਾਂ ਵਿਦੇਸ਼ੀ ਆਉਂਦਾ ਉਸ ਦਾ ਮਤਲਬ ਕਿ ਜਾਂ ਤਾਂ ਲੜਾਈ ਦੇ ਨਾਲ ਸਵਾਗਤ ਕਰਦੇ ਜਾਂ ਪ੍ਰਾਹੁਣਾਚਾਰੀ ਦੇ ਨਾਲ ਸਵਾਗਤ ਕਰਦੇ। ਇਸ ਪ੍ਰਕਾਰ ਜਿਹੜਾ ਭਾਰਤ ਵਾਸੀਆਂ ਦੇ ਵਿੱਚ ਸਹਿਣਸ਼ੀਲਤਾ ਅਤੇ ਪ੍ਰਾਹੁਣਾਚਾਰੀ ਦੀ ਜਿਹੜੀ ਭਾਵਨਾ ਸੀ ਉਹ ਪ੍ਰਬਲ ਰਹੀ। ਨੰਬਰ 2 ਤੇ ਕੀ ਹੈ, ਪੰਜਾਬ ਦੇ ਲੋਕਾਂ ਦਾ ਵੀਰ ਅਤੇ ਸਾਹਸੀ ਹੋਣਾ, ਬਹਾਦਰ ਅਤੇ ਸਾਹਸੀ ਹੋਣਾ, ਬਰੇਵ ਐਂਡ ਕੋਰੇਜਸ। ਪੰਜਾਬ ਦੀ ਜਿਹੜੀ ਭੂਗੋਲਿਕ ਸਥਿਤੀ ਆ ਸਥਿਤੀ ਦੇ ਕਰਕੇ ਹੀ ਮਤਲਬ ਕਿ ਉੱਤਰ ਪੱਛਮ ਵਾਲਾ ਜਿਹੜਾ ਏਰੀਆ ਹੈਗਾ ਭਾਰਤ ਦੇ ਉੱਤਰ ਪੱਛਮ ਵਾਲਾ ਖੇਤਰ ਆ ਉੱਥੇ ਜਿਹੜਾ ਰਸਤੇ ਦੇ ਵਿੱਚ ਮਤਲਬ ਕਿ ਪ੍ਰਵੇਸ਼ ਦੁਆਰ ਆ ਉਹ ਕੀ ਆ ਸਭ ਤੋਂ ਪਹਿਲਾਂ ਪੰਜਾਬ ਆਉਂਦਾ ਗਾ। ਤਾਂ ਇੱਥੋਂ ਦੀ ਜਿਹੜੀ ਸਥਿਤੀ ਦੇ ਕਰਕੇ ਜਾਂ ਇਹਦੀ ਭੂਗੋਲਿਕ ਸਥਿਤੀ ਦੇ ਕਰਕੇ ਇੱਥੋਂ ਦੇ ਲੋਕਾਂ ਦਾ ਜਿਹੜਾ ਸੁਭਾਅ ਸੀ ਉਹ ਬਹਾਦਰ ਹੋ ਗਿਆ, ਸਾਹਸੀ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਜਿਹੜੇ ਵੀ ਬਾਹਰੋਂ ਹਮਲਾਵਰ ਜਦੋਂ ਵੀ ਪ੍ਰਵੇਸ਼ ਕਰਦੇ ਸਭ ਤੋਂ ਪਹਿਲਾਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਹੀ ਉਲਝਣਾ ਪੈਂਦਾ ਸੀ, ਪੰਜਾਬ ਦੇ ਲੋਕਾਂ ਦੇ ਨਾਲ ਹੀ ਲੜਨਾ ਪੈਂਦਾ ਸੀ। ਇਸ ਕਰਕੇ ਹੀ ਜਿਹੜਾ ਸੀਗਾ ਪੰਜਾਬ ਦੇ ਲੋਕਾਂ ਦੇ ਸੁਭਾਅ ਦੇ ਵਿੱਚ ਇੱਕ ਬਦਲਾਅ ਆਇਆ। ਨੰਬਰ 3 ਤੇ ਯੂਪੀ ਦੇ ਲੋਕਾਂ ਦਾ ਸ਼ਾਂਤਮਈ ਅਤੇ ਬੁੱਧੀਮਾਨ ਹੋਣਾ। ਹੁਣ ਇੱਥੇ ਜੇ ਆਪਾਂ ਪੰਜਾਬ ਤੋਂ ਬਾਅਦ ਦੀ ਗੱਲ ਕਰੀਏ, ਪੰਜਾਬ ਦੇ ਨਾਲ ਜੀ ਪੰਜਾਬ ਦਾ ਬਹੁਤ ਵੱਡਾ ਏਰੀਆ ਸੀ, ਪੰਜਾਬ ਤੋਂ ਬਾਅਦ ਜੇ ਨਾਲ ਲੱਗਦੀਆਂ ਸਟੇਟਾਂ ਦੀ ਗੱਲ ਕਰੀਏ, ਯੂਪੀ ਬਿਹਾਰ ਦੀ ਗੱਲ ਕਰੀਏ, ਉੱਧਰ ਵਾਲਾ ਹਿੱਸਾ ਸੀ, ਇੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਦੇ ਸੁਭਾਅ ਦੇ ਵਿੱਚ ਇੱਕ ਅਲੱਗ ਕਿਸਮ ਦਾ ਜਿਹੜਾ ਸੀਗਾ ਸੁਭਾਅ ਪਾਇਆ ਗਿਆ। ਪੁਰਾਤਨ ਕਾਲ ਮਤਲਬ ਪੁਰਾਤਨ ਕਾਲ ਤੋਂ ਭਾਵ ਕੀ ਹੈ, ਪੁਰਾਣੇ ਸਮੇਂ ਤੋਂ ਲੈ ਕੇ ਗੰਗਾ ਦੇ ਮੈਦਾਨ ਜਾਂ ਜਿਹੜਾ ਅੱਜ ਦਾ ਉੱਤਰ ਪ੍ਰਦੇਸ਼, ਇੱਥੋਂ ਦੇ ਜਿਹੜੇ ਲੋਕਾਂ ਦਾ ਜਿਹੜਾ ਸੁਭਾਅ ਸੀ ਉਹ ਸ਼ਾਂਤਮਈ ਤੇ ਬੁੱਧੀਮਾਨ ਰਿਹਾ। ਕਿਉਂ ਰਿਹਾ? ਭੂਗੋਲਿਕ ਸਥਿਤੀ ਦੇ ਕਰਕੇ, ਕਿਉਂਕਿ ਜਿਹੜੇ ਬਾਹਰੋਂ ਹਮਲਾਵਰ ਆਉਂਦੇ ਸੀ ਤਾਂ ਉਹ ਸਭ ਤੋਂ ਪਹਿਲਾਂ ਪੰਜਾਬ ਦੇ ਵੱਲ, ਪੰਜਾਬ ਦੇ ਵਿੱਚ ਪ੍ਰਵੇਸ਼ ਕਰਦੇ, ਪੰਜਾਬ ਦੇ ਨਾਲ ਉਲਝਦੇ, ਉਸ ਤੋਂ ਬਾਅਦ ਅੱਗੇ ਭਾਰਤ ਮਤਲਬ ਕਿ ਭਾਰਤੀ ਖੇਤਰ ਦੇ ਵਿੱਚ ਪ੍ਰਵੇਸ਼ ਕਰਦੇ। ਤਾਂ ਜਿਹੜਾ ਗੰਗਾ ਦਾ ਮੈਦਾਨ ਹੈ ਉਹ ਬਹੁਤ ਜ਼ਿਆਦਾ ਉਪਜਾਊ ਆ, ਜਿਹੜਾ ਗੰਗਾ ਦਾ ਮੈਦਾਨ ਕੀ ਆ ਬਹੁਤ ਜ਼ਿਆਦਾ ਉਪਜਾਊ ਆ, ਉਪਜਾਊ ਹੋਣ ਦੇ ਕਰਕੇ ਇੱਥੇ ਖੇਤੀਬਾੜੀ
ਵੀ ਜਿਹੜੀ ਹੈਗੀ ਆ ਸਭ ਤੋਂ ਜ਼ਿਆਦਾ ਪ੍ਰਸਿੱਧ ਆ, ਮਤਲਬ ਕਿ ਖੇਤੀਬਾੜੀ ਦੇ ਤੌਰ ਤੇ ਵੀ ਇੱਥੇ ਸਭ ਤੋਂ ਜ਼ਿਆਦਾ ਜਿਹੜੀ ਪੈਦਾਵਾਰ ਹੁੰਦੀ ਆ, ਤੇ ਇੱਥੋਂ ਦੇ ਲੋਕਾਂ ਨੂੰ ਘੱਟ ਮਿਹਨਤ ਕਰਨੀ ਪਈ। ਜਿਵੇਂ ਕਿ ਮਹਾਰਾਸ਼ਟਰ ਦੀ ਜੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ, ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਧ ਮਿਹਨਤ ਕਰਨੀ ਪੈਂਦੀ ਸੀ ਕਿਉਂਕਿ ਪਥਰੀਲੀ ਧਰਤੀ ਸੀ। ਹੁਣ ਯੂਪੀ ਵਾਲਾ ਏਰੀਆ ਜਿਹੜਾ ਉੱਤਰ ਭਾਰਤ ਵਾਲਾ ਏਰੀਆ ਹੈਗਾ, ਉਸ ਦੇ ਵਿੱਚ ਕੀ ਆ ਕਿ ਇੱਥੋਂ ਦੀ ਜਿਹੜੀ ਪੈਦਾਵਾਰ ਵੱਧ ਹੋਣ ਦੇ ਕਰਕੇ ਇੱਥੋਂ ਦੇ ਲੋਕਾਂ ਨੂੰ ਬਹੁਤੀ ਮਿਹਨਤ ਨਾ ਕਰਕੇ ਜਿਹੜੀ ਰੋਜ਼ੀ ਰੋਟੀ ਸੀ ਉਹ ਬਹੁਤ ਸੌਖੀ ਮਿਲ ਜਾਂਦੀ ਸੀ। ਹੁਣ ਜਿਹੜੇ ਯੂਪੀ ਦੇ ਲੋਕਾਂ ਦੀ ਗੱਲ ਆਪਾਂ ਕਰਦੇ ਹਾਂ, ਤਾਂ ਹੁਣ ਯੂਪੀ ਦੇ ਲੋਕ ਨਾ ਤਾਂ ਲੜਾਈ ਦੇ ਵਿੱਚ ਅੱਗੇ ਆਏ ਆ, ਲੜਾਈ ਦੇ ਵਿੱਚ ਪੰਜਾਬ ਸਭ ਤੋਂ ਪਹਿਲਾਂ ਪ੍ਰਵੇਸ਼ ਦੁਆਰ ਜਿੱਥੇ ਸੀ ਪੰਜਾਬ ਦੇ ਲੋਕਾਂ ਦਾ ਜਿਹੜਾ ਸੀਗਾ ਉਹ ਬਾਹਰਲੇ ਦੁਸ਼ਮਣਾਂ ਦੇ ਨਾਲ ਟਾਕਰਾ ਹੁੰਦਾ ਸੀ। ਉਸ ਤੋਂ ਬਾਅਦ ਜਾ ਕੇ ਯੂਪੀ ਦੇ ਉੱਥੇ ਤੱਕ ਜਾਂਦੇ ਹੁੰਦੇ, ਮਤਲਬ ਕਿ ਦੁਸ਼ਮਣ ਜਾਂ ਤਾਂ ਬਿਲਕੁਲ ਹੀ ਠੰਡਾ ਪੈ ਜਾਂਦਾ ਸੀ ਜਾਂ ਬਿਲਕੁਲ ਹੀ ਜਾ ਕੇ ਉੱਥੇ ਕਬਜ਼ਾ ਕਰ ਲੈਂਦੇ ਸੀ। ਤਾਂ ਹੁਣ ਯੂਪੀ ਦੇ ਲੋਕ ਸ਼ਾਂਤਮਈ ਹੋ ਗਏ ਕਿਉਂਕਿ ਉੱਥੇ ਬਹੁਤੀਆਂ ਲੜਾਈਆਂ ਨਹੀਂ ਹੋਈਆਂ, ਬਹੁਤੇ ਯੁੱਧ ਨਹੀਂ ਹੋਏ। ਬੁੱਧੀਮਾਨ ਕਿਵੇਂ ਹੋ ਗਏ? ਕਿਉਂਕਿ ਉਹਨਾਂ ਨੂੰ ਬਹੁਤੀ ਮਿਹਨਤ ਕਰਨੀ ਨਾ ਪਈ ਤੇ ਉਹਨਾਂ ਨੇ ਦੂਜੇ ਪਾਸੇ ਜਿਹੜਾ ਆਪਣਾ ਸਾਹਿਤ ਦੇ ਵੱਲ ਧਿਆਨ ਦਿੱਤਾ, ਠੀਕ, ਕਲਾ ਦੇ ਵੱਲ ਧਿਆਨ ਦਿੱਤਾ, ਧਰਮ ਦੇ ਵੱਲ ਧਿਆਨ ਦਿੱਤਾ। ਜਿਵੇਂ ਧਰਮ ਦੇ ਵਿੱਚ ਜਿਹੜੇ ਕਿ ਜਿਵੇਂ ਬੁੱਧ ਧਰਮ ਪੈਦਾ ਹੋਇਆ, ਜੈਨ ਧਰਮ ਪੈਦਾ ਹੋਇਆ, ਇਸ ਤਰ੍ਹਾਂ। ਹੁਣ ਹੈ ਨੰਬਰ ਚਾਰ ਤੇ, ਨੰਬਰ ਚਾਰ ਤੇ ਕੀ ਹੈ? ਮਹਾਰਾਸ਼ਟਰ ਦੇ ਲੋਕਾਂ ਦਾ ਮਿਹਨਤੀ, ਸਾਹਸੀ ਅਤੇ ਸਰਲ ਸੁਭਾਅ ਦਾ ਹੋਣਾ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਯੂਪੀ ਦੀ, ਹੁਣ ਗੱਲ ਕਰਦੇ ਹਾਂ ਮਹਾਰਾਸ਼ਟਰ ਦੀ। ਮਹਾਰਾਸ਼ਟਰ ਜਿਹੜਾ ਹੈ ਉਹ ਕੀ ਹੈ ਵੀ ਉੱਥੋਂ ਦੀ ਜਿਹੜੀ ਧਰਤੀ ਆ ਬਹੁਤ ਜ਼ਿਆਦਾ ਪਥਰੀਲੀ ਆ। ਪਥਰੀਲੀ ਹੋਣ ਦੇ ਕਰਕੇ ਉੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਮਿਹਨਤ ਮੁਸ਼ਕਤ ਕਰਨੀ ਪੈਂਦੀ ਸੀ, ਮਤਲਬ ਕਿ ਰੋਜ਼ੀ ਰੋਟੀ ਕਮਾਉਣ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ। ਇਸ ਕਰਕੇ ਉਹ ਮਿਹਨਤੀ ਸਾਹਸੀ ਬਣ ਗਏ ਤੇ ਸਰਲ ਸੁਭਾਅ ਦੇ ਗਏ ਕਿ ਉਹਨਾਂ ਦੇ ਦਿਲਾਂ ਦੇ ਵਿੱਚ ਕੋਈ ਬੇਈਮਾਨਾ, ਕੋਈ ਹੇਰਾ ਫੇਰੀ ਵਗੈਰਾ ਏਦਾਂ ਦਾ ਕੋਈ ਸੁਭਾਅ ਨਹੀਂ ਸੀਗਾ। ਤੇ ਉਹ ਮਤਲਬ ਕਿ ਜਿਹੜਾ ਬੇਈਮਾਨੀ ਦੀ ਭਾਵਨਾ ਜਿਵੇਂ ਆਪਾਂ ਗੱਲ ਕਰਦੇ ਹਾਂ, ਤਾਂ ਮਰਾਠੇ ਜਿਹੜੇ ਹੋਏ ਨੇ ਉਹ ਮਹਾਰਾਸ਼ਟਰ ਦੇ ਹੋਏ ਆ, ਬਹੁਤ ਹੀ ਜਿਹੜੀ ਬਹਾਦਰ ਕੌਮ ਸੀ। ਇਹਨਾਂ ਨੇ ਲੜਾਈਆਂ ਦੇ ਵਿੱਚ ਬੜੀ ਮਤਲਬ ਕਹਿ ਲਈਏ ਵੀਰਤਾ ਦਿਖਾਈ ਆ, ਬੜਾ ਮਤਲਬ ਕਿ ਇੱਕ ਇਮਾਨਦਾਰੀ ਦਿਖਾਈ ਆ। ਯੁੱਧ ਦੇ ਮੈਦਾਨ ਦੇ ਵਿੱਚ ਲੜਾਈ ਜਿਹੜੀ ਸੀਗੀ ਆਪਣੇ ਆਪ ਨੂੰ ਬੜਾ ਬਹਾਦਰੀ ਦਾ ਚਿੰਨ੍ਹ ਮੰਨਦੀ ਸੀ, ਯੁੱਧ ਦੇ ਖੇਤਰ ਦੇ ਵਿੱਚ ਹਰਾਉਣਾ ਗਾ ਦੁਸ਼ਮਣ ਨੂੰ, ਵੀ ਕਿਸੇ ਵੀ ਤਰ੍ਹਾਂ ਕੋਈ ਬੇਈਮਾਨੀ ਜਿਹੜੀ ਹੈਗੀ ਆ ਉਹ ਨਹੀਂ ਕਰਨੀ ਹੈਗੀ। ਇਸ ਤਰ੍ਹਾਂ ਦਾ ਜਿਹੜਾ ਆਪਾਂ ਮਰਾਠਾ ਕੌਮ ਦੇ ਵਿੱਚ ਜਾਂ ਮਰਾਠਿਆਂ ਦੇ ਵਿੱਚ ਇਹ ਸੁਭਾਅ ਦੇਖਦੇ ਹਾਂ। ਫਿਰ ਹੈ ਨੰਬਰ ਪੰਜ, ਦੱਖਣੀ ਭਾਰਤ ਦੇ ਲੋਕਾਂ ਦਾ ਵੱਖਰਾ ਰਹਿਣ ਸਹਿਣ। ਹੁਣ ਜਿਹੜਾ ਵਿਧਿਆਚਲ ਤੇ ਸਤਪੁੜਾ ਗਾ ਉਹ ਭਾਰਤ ਦੇ ਸੈਂਟਰ ਦੇ ਵਿੱਚ ਜਦੋਂ ਆ ਜਾਂਦਾ ਗਾ, ਇਹ ਪਹਾੜ ਆ ਜਾਂਦੇ ਨੇ, ਤਾਂ ਉਸ ਤੋਂ ਬਾਅਦ ਕੀ ਹੈ ਵੀ ਜਿਹੜਾ ਉੱਤਰ ਭਾਰਤ ਅਲੱਗ ਰਹਿ ਗਿਆ, ਦੱਖਣੀ ਭਾਰਤ ਅਲੱਗ ਰਹਿ ਗਿਆ। ਤਾਂ ਇਹਦੇ ਨਾਲ ਇੱਥੋਂ ਦੇ ਲੋਕ ਜਿਹੜੇ ਸੀਗੇ ਲੋਕਾਂ ਦੇ ਸੁਭਾਅ ਦੇ ਵਿੱਚ ਜਾਂ ਲੋਕਾਂ ਦੇ ਰਹਿਣ ਸਹਿਣ ਦੇ ਵਿੱਚ ਵੀ ਫਰਕ ਸਾਨੂੰ ਦਿਸਦਾ ਗਾ। ਤਾਂ ਜਿਹੜੇ ਉੱਤਰੀ ਭਾਰਤ ਦੇ ਲੋਕ ਸੀ ਉਹਨਾਂ ਨੇ ਆਰੀਆ ਦੀ ਜਿਹੜੀ ਸਭਿਅਤਾ ਨੂੰ ਅਪਣਾ ਲਿਆ ਤੇ ਦੱਖਣ ਭਾਰਤ ਦੇ ਵੱਲ ਜ਼ਿਆਦਾ ਆਰੀਆ ਜਿਹੜੀ ਸਭਿਅਤਾ ਦਾ ਉਹ ਪ੍ਰਚਾਰ ਉਹਨਾਂ ਨਹੀਂ ਹੋਇਆ, ਪ੍ਰਸਾਰ ਨਹੀਂ ਹੋਇਆ। ਇਸ ਕਰਕੇ ਜਿਹੜਾ ਉਹਨਾਂ ਦਾ ਖਾਣ ਪੀਣ, ਪਹਿਰਾਵਾ, ਭਾਸ਼ਾ, ਰੀਤੀ ਰਿਵਾਜ ਇਹ ਸਾਰੇ ਵੱਖਰੇ ਨੇ ਉੱਤਰੀ ਭਾਰਤ ਦੇ ਨਾਲੋਂ। ਫਿਰ ਇਹ ਤਾਂ ਸੀਗੇ ਸਮਾਜਿਕ ਖੇਤਰ ਦੇ ਵਿੱਚ ਪ੍ਰਭਾਵ। ਉਸ ਤੋਂ ਬਾਅਦ ਆਪਾਂ ਆਰਥਿਕ ਖੇਤਰ ਦੇ ਵਿੱਚ ਪ੍ਰਭਾਵ, ਭਾਰਤ ਦੀ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਜਾਂ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਆਰਥਿਕ ਖੇਤਰ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਪ੍ਰਭਾਵ ਪਾਇਆ। ਭਾਰਤ ਦਾ ਧਨੀ ਹੋਣਾ, ਹੁਣ ਭਾਰਤ ਜਿਹੜਾ ਹੈ ਭਿੰਨ ਭਿੰਨ ਯੁੱਗਾਂ ਤੋਂ ਬਹੁਤ ਜ਼ਿਆਦਾ ਜਿਹੜਾ ਧਨੀ ਦੇਸ਼ ਮੰਨਿਆ ਗਿਆ, ਕਿਉਂਕਿ ਕੁਦਰਤੀ ਜਿਹੜੀਆਂ ਇੱਥੇ ਸਰੋਤ ਨੇ ਉਹ ਬਹੁਤ ਜ਼ਿਆਦਾ ਮਤਲਬ ਕਹਿ ਲਈਏ ਮਾਤਰਾ ਦੇ ਵਿੱਚ ਮਿਲਦੇ ਆ। ਹੁਣ ਕੁਦਰਤੀ ਸਰੋਤਾਂ ਦੇ ਵਿੱਚ ਜਿਵੇਂ ਆਪਾਂ ਕਹਿ ਲਈਏ ਜਿਵੇਂ ਧਾਤਾਂ ਕਹਿ ਲਓ, ਕਾਫੀ ਮਾਤਰਾ ਦੇ ਵਿੱਚ ਸੋਨਾ, ਹੀਰੇ, ਜਵਾਹਰਾਤ, ਕੋਲਾ, ਤਾਂਬਾ, ਪਿੱਤਲ, ਮੈਗਨੀਜ਼, ਇਹ ਜਿਹੜੇ ਖਣਿਜ ਪਦਾਰਥ ਨੇ, ਧਾਤਾਂ ਨੇ, ਇਹ ਭਾਰਤ ਦੇ ਵਿੱਚੋਂ ਮਤਲਬ ਕਿ ਮਿਲਦੀਆਂ ਨੇ।
ਤੇ ਜੇ ਆਪਾਂ ਦੂਜੀ ਗੱਲ ਕਰੀਏ ਜਿਵੇਂ ਕਿ ਖੇਤੀਬਾੜੀ ਦੀ ਗੱਲ ਕਰਦੇ ਹਾਂ, ਭਾਰਤ ਦੇ ਜਿਹੜੇ ਉੱਤਰੀ ਮੈਦਾਨ ਨੇ ਜਿਹਦੇ ਵਿੱਚ ਗੰਗਾ ਦੇ ਮੈਦਾਨ ਆ ਗਏ, ਸਿੰਧ ਦੇ ਮੈਦਾਨ ਆ ਗਏ, ਇਹ ਸੰਸਾਰ ਦੇ ਸਭ ਤੋਂ ਵੱਧ ਜਿਹੜੇ ਪ੍ਰਸਿੱਧ ਜਿਹੜੇ ਮੈਦਾਨ ਨੇ, ਉਪਜਾਊ ਜਿਹੜੇ ਕਿ ਉਪਜਾਊ ਨੇ ਸੰਸਾਰ ਦੇ, ਉਹਨਾਂ ਦੇ ਵਿੱਚ ਇਹਨਾਂ ਦੀ ਜਿਹੜਾ ਨਾਂ ਆਉਂਦਾ, ਇਹਨਾਂ ਦੀ ਗਿਣਤੀ ਹੁੰਦੀ ਆ। ਇਸ ਕਰਕੇ ਉਹ ਮਤਲਬ ਕਿ ਧਨੀ ਉੱਤਰਲਾ ਜਿਹੜਾ ਉੱਤਰ ਵਾਲਾ ਹਿੱਸਾ ਹੈਗਾ ਬਹੁਤ ਜ਼ਿਆਦਾ ਧਨੀ ਆ, ਮਤਲਬ ਕਿ ਬਹੁਤ ਜ਼ਿਆਦਾ ਪੈਦਾਵਾਰ ਹੋਣ ਦੇ ਕਰਕੇ ਇਸ ਇਲਾਕੇ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਇਸ ਕਰਕੇ ਭਾਰਤ ਦੇ ਵਿੱਚ ਜਿਹੜਾ ਹੈਗਾ ਉਹਨੂੰ ਅਮੀਰ ਬਣਾਉਣ ਦੇ ਵਿੱਚ ਉੱਤਰੀ ਭਾਰਤ ਦੇ ਮੈਦਾਨਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਆ। ਫਿਰ ਆਪਾਂ ਗੱਲ ਕਰਦੇ ਹਾਂ ਕੋਲੇ ਦੀ, ਤਾਂਬੇ ਦੀ, ਪਿੱਤਲ ਦੀ, ਸੋਨੇ, ਹੀਰੇ, ਜਵਾਹਰ, ਇਹ ਵੀ ਜਿਹੜੇ ਭਾਰਤ ਦੇ ਵਿੱਚ ਪਾਏ ਜਾਂਦੇ ਨੇ। ਇਸ ਕਰਕੇ ਵੀ ਜਿਹੜਾ ਭਾਰਤ ਹਮੇਸ਼ਾ ਤੋਂ ਧਨੀ ਰਿਹਾ ਹੈਗਾ। ਜਾਂ ਕਹਿ ਲਈਏ ਸੋਨੇ ਦੀ ਚਿੜੀ ਦੇ ਨਾਂ ਦੇ ਨਾਲ ਜਿਹੜਾ ਭਾਰਤ ਦਾ ਨਾਂ ਉਸ ਸਮੇਂ ਪ੍ਰਸਿੱਧ ਸੀ। ਨੰਬਰ ਦੋ ਤੇ ਗੰਗਾ ਤੇ ਸਿੰਧ ਦੇ ਮੈਦਾਨ ਵਿੱਚ ਖੁਸ਼ਹਾਲ ਨਗਰਾਂ ਦਾ ਉਥਾਨ। ਹੁਣ ਜਿਹੜੇ ਗੰਗਾ ਤੇ ਸਿੰਧ ਦੇ ਮੈਦਾਨ ਨੇ ਇਸ ਨਕਸ਼ੇ ਦੇ ਵਿੱਚ ਦੇਖੋ, ਸਾਰਾ ਗੰਗਾ ਤੇ ਸਿੰਧ ਦੇ ਮੈਦਾਨ ਜੇ ਆਪਾਂ ਇਹਦੇ ਵਿੱਚ ਦੇਖੀਏ, ਜਿਵੇਂ ਕਿ ਗੰਗਾ ਦੇ ਮੈਦਾਨਾਂ ਦੀ ਗੱਲ ਕਰਦੀ ਹੈ, ਜਿੱਥੇ ਕਿ ਆਪਣਾ ਇਹ ਵਾਲਾ ਹੈ ਲਖਨਊ, ਕਾਨਪੁਰ, ਇਲਾਹਾਬਾਦ, ਵਾਰਾਣਸੀ, ਪਟਨਾ, ਗਵਾਲੀਅਰ, ਆਗਰਾ, ਨਵੀਂ ਦਿੱਲੀ, ਇਹ ਸਾਰੇ ਦੇ ਸਾਰੇ ਕੀ ਹੈ ਜਿਹੜੇ ਇਹ ਉੱਤਰ ਵਾਲਾ ਹਿੱਸੇ ਦੇ ਵਿੱਚ ਗੰਗਾ ਦੇ ਮੈਦਾਨਾਂ ਦੇ ਵਿੱਚ ਆਉਂਦੇ ਆ। ਜੇ ਆਪਾਂ ਇਧਰਲੇ ਪਾਸੇ ਰਾਜਸਥਾਨ ਦਿਖ ਰਹੇ ਤੁਹਾਨੂੰ, ਰਾਜਸਥਾਨ ਵਾਲਾ ਏਰੀਆ, ਇਧਰਲੇ ਪਾਸੇ ਕੀ ਆ ਸਿੰਧ ਦੇ ਮੈਦਾਨ, ਸਿੰਧ ਦੇ ਮੈਦਾਨ ਜਿਹੜਾ ਪਾਕਿਸਤਾਨ ਵਾਲਾ ਹਿੱਸਾ ਵੀ ਜਿਹੜਾ ਬਿਲਕੁਲ ਵਿੱਚ ਸ਼ਾਮਿਲ ਆ। ਹੁਣ ਜੇ ਆਪਾਂ ਗੱਲ ਕਰੀਏ ਇਹਨਾਂ ਗੰਗਾ ਤੇ ਸਿੰਧ ਦੇ ਮੈਦਾਨਾਂ ਦੇ ਵਿੱਚ ਨਗਰ ਕਿਹੜੇ ਕਿਹੜੇ ਆਉਂਦੇ ਆ ਜਿਹੜੇ ਕਿ ਖੁਸ਼ਹਾਲ ਨਗਰ ਸੀ ਜਿਹੜੇ ਹੋਂਦ ਵਿੱਚ ਆਏ, ਉਹਨਾਂ ਵਿੱਚੋਂ ਟੈਕਸਲ, ਪੇਸ਼ਾਵਰ, ਲਾਹੌਰ, ਮੁਲਤਾਨ, ਸਰਹੰਦ, ਪਾਣੀਪਤ, ਦਿੱਲੀ, ਮਥੁਰਾ, ਆਗਰਾ, ਲਖਨਊ, ਇਲਾਹਾਬਾਦ, ਬਨਾਰਸ, ਪਾਟਲੀਪੁੱਤਰ, ਕਨੌਜ, ਉਜੈਨ, ਇਹ ਸਾਰੇ ਦੇ ਸਾਰੇ ਜਿਹੜੇ ਨਗਰ ਨੇ ਇਹ ਗੰਗਾ ਤੇ ਸਿੰਧ ਦੇ ਮੈਦਾਨਾਂ ਦੇ ਵਿੱਚ ਪਾਏ ਜਾਂਦੇ ਨੇ, ਇਹ ਵਾਲੇ ਉੱਪਰ ਵਾਲੇ ਹਿੱਸੇ 'ਚ। ਇਧਰੋਂ ਲੈ ਕੇ ਪੱਛਮ ਤੋਂ ਲੈ ਕੇ ਪੂਰਬ ਤੱਕ ਦਾ ਜਿਹੜਾ ਸਾਰਾ ਬਿਲਕੁਲ ਹੀ ਇਲਾਕਾ ਜਿਹੜਾ ਪਾਇਆ ਜਾਂਦਾ। ਨੰਬਰ ਤਿੰਨ ਤੇ ਖੇਤੀਬਾੜੀ ਭਾਰਤੀਆਂ ਦਾ ਮੁੱਖ ਧੰਦਾ। ਹੁਣ ਪੁਰਾਤਨ ਕਾਲ ਤੋਂ ਹੀ ਲੈ ਕੇ ਜਿਹੜੀਆਂ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਉਸ ਦੇ ਕਰਕੇ ਭਾਰਤ ਜਿਹੜਾ ਹੈਗਾ ਇੱਕ ਖੇਤੀ ਪ੍ਰਧਾਨ ਦੇਸ਼ ਮੰਨਿਆ ਜਾਂਦਾ ਹੈ, ਕਿਉਂਕਿ ਭਾਰਤ ਦੇ ਜਿਹੜੇ ਜ਼ਿਆਦਾਤਰ ਆਬਾਦੀ ਆ ਜਾਂ ਜ਼ਿਆਦਾ ਲੋਕ ਨੇ ਉਹ ਕਿੰਨਾ ਪਿੰਡਾਂ ਦੇ ਵਿੱਚ ਰਹਿੰਦੀ ਸੀ। ਜਿਹੜੇ ਪਿੰਡਾਂ ਦਾ ਲੋਕਾਂ ਦਾ ਜਿਹੜਾ ਮੁੱਖ ਧੰਦਾ ਕੀ ਸੀ ਉਹ ਖੇਤੀਬਾੜੀ ਸੀ। ਇਸਦੇ ਕਰਕੇ ਜਿਹੜਾ ਹੈਗਾ ਭਾਰਤ ਹਮੇਸ਼ਾ ਤੋਂ ਹੀ ਜਿਹੜਾ ਹੈਗਾ ਇੱਥੋਂ ਦੇ ਲੋਕਾਂ ਦਾ ਕਿੱਤਾ ਕੀ ਰਿਹਾ, ਉਹ ਖੇਤੀਬਾੜੀ ਰਿਹਾ। ਬਾਕੀ ਜਿਹੜੇ ਹੋਰ ਕਿੱਤੇ ਨੇ ਉਹਨਾਂ ਦੇ ਵਿੱਚ ਜਿਹੜਾ ਲੋਕਾਂ ਦਾ ਯੋਗਦਾਨ ਸੀ ਉਹ ਥੋੜਾ ਥੋੜਾ ਆਉਂਦਾ ਗਾ, ਘੱਟ ਆਉਂਦਾ ਗਾ। ਅੱਗੇ ਹੈ ਉਦਯੋਗਾਂ ਅਤੇ ਵਿਦੇਸ਼ੀ ਵਪਾਰ ਦਾ ਵਿਕਾਸ। ਹੁਣ ਉਦਯੋਗਾਂ ਦੀ ਗੱਲ ਕਰਦੇ ਹਾਂ, ਭਾਰਤ ਦੀਆਂ ਭੂਗੋਲਿਕ ਪ੍ਰਸਥਿਤੀਆਂ ਦਾ ਆਰਥਿਕ ਖੇਤਰ ਦੇ ਵਿੱਚ ਇਹ ਜਿਹੜਾ ਇੱਕ ਉਦਯੋਗਾਂ ਅਤੇ ਵਿਦੇਸ਼ੀ ਵਪਾਰ ਵਾਲਾ ਵਪਾਰ ਦੇ ਵਿੱਚ ਹਿੱਸਾ ਗਾ ਬੜਾ, ਮਤਲਬ ਕਿ ਇਸ ਦੇ ਵਿੱਚ ਪ੍ਰਭਾਵ ਪੈਂਦਾ ਗਾ। ਪੁਰਾਤਨ ਕਾਲ ਤੋਂ ਜਿਹੜਾ ਹੈ ਭਾਰਤ ਦੇ ਵਿੱਚ ਉਦਯੋਗਾਂ ਦਾ ਜਿਹੜਾ ਵਿਕਾਸ ਹੋਇਆ ਪੁਰਾਤਨ ਕਾਲ ਤੋਂ, ਜਿਵੇਂ ਕਿ ਜਾਂ ਕਹ ਲਈਏ ਵਿਦੇਸ਼ਾਂ ਦੇ ਨਾਲ ਇਹਨਾਂ ਦਾ ਜਿਹੜਾ ਵਪਾਰ ਸੀ, ਭਾਰਤ ਦਾ ਵਪਾਰ ਉਹ ਚੱਲਦਾ ਰਿਹਾ ਪੁਰਾਤਨ ਕਾਲ ਤੋਂ, ਪੁਰਾਣੇ ਸਮੇਂ ਤੋਂ ਹੀ। ਤਾਂ ਇਹ ਤਾਂ ਇਸ ਦੇਸ਼ ਦੀ, ਮਤਲਬ ਕਿ ਭਾਰਤ ਦੇਸ਼ ਦੀ ਜਿਹੜੀ ਧਰਤੀ ਆ ਉਹਦੇ ਵਿੱਚ ਕੀ ਹੈ ਵੱਖ ਵੱਖ ਵਸਤੂਆਂ ਨੇ ਜਿਹੜੀਆਂ ਉਹ ਉਹਨਾਂ ਦੀ ਪੈਦਾਵਾਰ ਹੁੰਦੀ ਆ। ਜਿਵੇਂ ਕਿ ਆਪਾਂ ਜੇ ਆਪਾਂ ਗੱਲ ਕਰੀਏ ਵੀ ਆਪਾਂ ਭੇਜਦੇ ਕੀ ਰਹੇ ਹਾਂ ਭਾਰਤ ਤੋਂ, ਜਿਹੜੀਆਂ ਚੀਜ਼ਾਂ ਬਾਹਰ ਭੇਜਣ ਦਾ ਕੰਮ ਕੀ ਸੀਗਾ ਉਹਦੇ ਵਿੱਚ ਕੀ, ਜਿਵੇਂ ਕਿ ਕਣਕ, ਗਰਮ ਮਸਾਲੇ, ਨੀਲ, ਮੂੰਗਫਲੀ, ਪਟਸਨ, ਕਪਾਹ, ਅੰਬ, ਖੰਡ, ਚਾਹ, ਇਹ ਜਿਹੜੇ ਵਿਦੇਸ਼ਾਂ ਨੂੰ ਭੇਜੇ ਜਾਂਦੇ ਸੀ।
ਤੇ ਉਧਰੋਂ ਮੰਗਵਾਈਆਂ ਵੀ ਜਾਂਦੀਆਂ ਨੇ ਭਾਰਤ ਦੇ ਲੋਕਾਂ ਦੀਆਂ ਜ਼ਰੂਰਤਾਂ ਦੇ ਅਕੋਰਡਿੰਗ ਉੱਥੋਂ ਬਾਹਰੋਂ ਚੀਜ਼ਾਂ ਮੰਗਵਾਈਆਂ ਵੀ ਜਾਂਦੀਆਂ ਸੀ। ਤਾਂ ਇੱਥੋਂ ਆਪਾਂ ਇਸ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਕਰਕੇ ਹੀ ਭਾਰਤ ਦੇ ਵਿੱਚ ਉਦਯੋਗਾਂ ਦਾ ਵਿਕਾਸ ਹੋਇਆ, ਇੱਥੇ ਖੇਤੀਬਾੜੀ ਦੇ ਕਰਕੇ ਅਨੇਕਾਂ ਜਿਹੜੀਆਂ ਮਤਲਬ ਕਿ ਫਸਲਾਂ ਉਗਾਈਆਂ ਗਈਆਂ, ਉਹਨਾਂ ਫਸਲਾਂ ਤੋਂ ਜੋ ਵੀ ਪ੍ਰਾਪਤ ਹੁੰਦਾ ਸੀ ਉਹਨਾਂ ਨੂੰ ਵਿਦੇਸ਼ਾਂ ਵਿੱਚ ਭੇਜਿਆ ਗਿਆ। ਇਹਦੇ ਵਿੱਚ ਭਾਰਤ ਜਿਹੜਾ ਇੱਕ ਧਨੀ ਹੋਇਆ, ਭਾਰਤ ਦੀ ਆਰਥਿਕ ਸਥਿਤੀ ਦੇ ਵਿੱਚ ਜਿਹੜਾ ਸੀਗਾ ਇੱਕ ਅਮੀਰੀ ਆਈ, ਅਮੀਰ ਮੰਨਿਆ ਗਿਆ। ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਧਾਰਮਿਕ ਖੇਤਰ ਦੇ ਵਿੱਚ ਕੀ ਪ੍ਰਭਾਵ ਪਿਆ। ਨੰਬਰ 1 ਤੇ ਹੈ ਹਿੰਦੂ ਧਰਮ ਦੀ ਉਤਪਤੀ ਤੇ ਵਿਕਾਸ। ਹੁਣ ਭਾਰਤ ਜਿਹੜਾ ਹੈ ਉਹ ਉਸਦੇ ਵਿੱਚ ਕੀ ਆ, ਸਭ ਤੋਂ ਜੇ ਆਪਾਂ ਗੱਲ ਕਰੀਏ ਵੀ ਵੱਡਾ ਧਰਮ ਕਿਹੜਾ ਗਾ ਜਾਂ ਮੈਜੋਰਿਟੀ ਕਿਸ ਧਰਮ ਦੀ ਆ, ਤਾਂ ਹਿੰਦੂ ਧਰਮ ਦੀ ਸਭ ਤੋਂ ਜ਼ਿਆਦਾ ਮੈਜੋਰਿਟੀ ਆ। ਹਿੰਦੂ ਧਰਮ ਦੇ ਲੋਕ ਸਭ ਤੋਂ ਵੱਧ ਭਾਰਤ ਦੇ ਵਿੱਚ ਪਾਏ ਜਾਂਦੇ ਨੇ। ਜੇ ਆਪਾਂ ਬਾਕੀ ਗੱਲ ਧਰਮਾਂ ਦੀ ਗੱਲ ਕਰੀਏ, ਬੁੱਧ ਧਰਮ, ਜੈਨ ਧਰਮ, ਸਿੱਖ ਹੋ ਗਏ, ਈਸਾਈ ਹੋ ਗਏ, ਇਸਲਾਮ ਧਰਮ ਨੂੰ ਮੰਨਣ ਵਾਲੇ ਹੋ ਗਏ, ਇਹਨਾਂ ਦੀ ਗਿਣਤੀ ਹਿੰਦੂਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਆ। ਜਿਵੇਂ ਕਿ ਆਪਾਂ ਹਿੰਦੂ ਧਰਮ ਦਾ ਜਿਹੜਾ ਜਨਮ ਆ ਉਹ ਇਸ ਜਗ੍ਹਾ ਦੇ ਉੱਤੇ ਹੋਇਆ, ਇਸ ਧਰਤੀ ਦੇ ਉੱਤੇ ਹੋਇਆ, ਭਾਰਤ ਦੀ ਧਰਤੀ ਦੇ ਉੱਤੇ ਵਿਕਾਸ ਹੋਇਆ ਪੁਰਾਤਨ ਕਾਲ ਤੋਂ। ਸਭ ਤੋਂ ਜੇ ਆਪਾਂ ਪੁਰਾਤਨ ਕਾਲ ਦੇ ਵਿੱਚ ਦੇਖੀਏ ਵੀ ਕਿਹੜਾ ਧਰਮ ਪਾਇਆ ਗਿਆ, ਹਿੰਦੂ ਧਰਮ। ਹਿੰਦੂ ਧਰਮ ਦੀ ਗੱਲ ਆਪਾਂ ਰਿਗਵੈਦਿਕ ਕਾਲ ਤੋਂ ਕਰਦੇ ਹਾਂ ਵੀ ਜਦੋਂ ਰਿਗਵੈਦਿਕ ਕਾਲ ਸੀ, ਆਰੀਅਨ ਉਧਰੋਂ ਆ ਗਏ, ਰਿਗਵੈਦਿਕ ਕਾਲ ਜਿਹੜਾ ਜਦੋਂ ਸ਼ੁਰੂ ਹੁੰਦਾ ਗਾ ਤਾਂ ਜਿਹੜੇ ਆਰੀਅਨ ਲੋਕ ਸੀ ਉਹ ਕੁਦਰਤ ਦੇ ਜਿਹੜੇ ਭਿੰਨ ਭਿੰਨ ਰੂਪ ਸੀ, ਦ੍ਰਿਸ਼ ਸੀਗੇ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰਦੇ ਨੇ। ਜਿਵੇਂ ਕਿ ਕੁਦਰਤ ਦੀਆਂ ਜਿਹੜੀਆਂ ਚੀਜ਼ਾਂ ਸੀ, ਜਿਵੇਂ ਉਹਨਾਂ ਨੂੰ ਅਜੀਬ ਲੱਗਦੀਆਂ ਸੀ, ਮਨੋਹਰ ਜਾਂ ਪਿਆਰੀਆਂ ਲੱਗਦੀਆਂ ਸੀ, ਦਿਆਲੂ ਜਾਂ ਭਿਆਨਕ ਲੱਗਦੀਆਂ ਸੀ, ਉਹਨਾਂ ਨੂੰ ਇਹਨਾਂ ਨੇ ਪੂਜਣਾ ਸ਼ੁਰੂ ਕਰਤਾ। ਜਿਵੇਂ ਕਿ ਜਿਹੜਾ ਆਸਮਾਨ ਹੈ, ਆਕਾਸ਼ ਆ, ਉਹ ਅਸੀਮ ਆ, ਉਸਦਾ ਖੇਤਰ ਪਤਾ ਨੀ ਵੀ ਕਿੰਨਾ ਕਾ ਆਕਾਸ਼ ਦੀ। ਜਿਵੇਂ ਕਿ ਚਮਕਦਾ ਹੋਇਆ ਸੂਰਜ ਆ, ਵਿਸ਼ਾਲ ਧਰਤੀ ਆ, ਸੁੰਦਰ ਪ੍ਰਭਾਤ ਸ਼ਾਮ ਨੂੰ, ਜਿਹੜਾ ਸ਼ਾਮ ਸਵੇਰਾ, ਸਾਫ ਹਵਾ, ਬਲਦੀ ਹੋਈ ਅੱਗ, ਵਰਖਾ, ਤੇਜ਼ ਹਨੇਰੀਆਂ, ਇਹ ਸਾਰੇ ਦੀਆਂ ਸਾਰੀਆਂ ਜਿਹੜੀਆਂ ਕੁਦਰਤੀ ਨਜ਼ਾਰੇ ਸੀ, ਇਹਨਾਂ ਤੋਂ ਜਾਂ ਡਰ ਨਾਲ ਜਾਂ ਪਿਆਰ ਨਾਲ ਨਾ ਕਿ ਲਈ ਇਹਨਾਂ ਨੂੰ ਵਧੀਆ ਲੱਗਣ ਵਾਲੀਆਂ, ਭਿਆਨਕ ਲੱਗਣ ਵਾਲੀਆਂ, ਇਹ ਸਾਰੀਆਂ ਇਹਨਾਂ ਕੁਦਰਤੀ ਚੀਜ਼ਾਂ ਦੇ ਇਹਨਾਂ ਨੇ ਪੂਜਾ ਕਰਨੀ ਸ਼ੁਰੂ ਕਰਤੀ। ਫਿਰ ਉਦੋਂ ਅੱਗੇ ਫਿਰ ਕੁਦਰਤੀ ਚੀਜ਼ਾਂ ਤੋਂ ਇਲਾਵਾ ਫਿਰ ਇਹਨਾਂ ਨੇ ਉਹਨਾਂ ਦੀ ਦੇਵਤਿਆਂ ਦੇ ਅਕੋਰਡਿੰਗ ਜਿਹੜੀ ਹੈ ਕਲਪਨਾ ਕਰ ਲਈ, ਦੇਵਤੇ ਬਣਾ ਲਏ, ਉਹਨਾਂ ਦੀ ਪੂਜਾ ਕਰਨ ਲੱਗ ਪਈ। ਜਿਵੇਂ ਵਰੁਣ, ਇੰਦਰ, ਸੂਰਜ, ਊਸ਼ਾ, ਅਗਨੀ, ਰੁਦਰ, ਇਹ ਜਿਹੜੇ ਸਾਰੇ ਦੇ ਸਾਰੇ ਕੀ ਦੇਵਤੇ ਹਿੰਦੂ ਧਰਮ ਵੱਲੋਂ ਪੂਜੇ ਜਾਂਦੇ ਰਹੇ। ਉਸ ਤੋਂ ਬਾਅਦ ਗੰਗਾ ਦੇ ਮੈਦਾਨ ਵਿੱਚ, ਨੰਬਰ 2 ਤੇ ਗੰਗਾ ਦੇ ਮੈਦਾਨ ਦੇ ਵਿੱਚ ਬੁੱਧ ਧਰਮ ਤੇ ਜੈਨ ਧਰਮ ਦਾ ਜਨਮ ਹੋਇਆ। ਗੰਗਾ ਦੇ ਮੈਦਾਨ ਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਹਾਂ ਬੁੱਧ ਧਰਮ ਦੀ, ਜਿਹੜੇ ਕਿ ਮਹਾਤਮਾ ਬੁੱਧ ਜੀ ਹੋਏ ਨੇ, ਫਿਰ ਜੈਨ ਧਰਮ ਦੀ ਮਹਾਵੀਰ ਜੈਨ ਜੀ, ਜੈਨ ਇਹਨਾਂ ਨੇ ਉੱਤਰ ਭਾਰਤ ਦੇ ਹਿੱਸੇ ਦੇ ਵਿੱਚ ਜਿਹੜਾ ਸੀਗੇ ਇਹ ਧਰਮ ਚਲਾਏ। ਫਿਰ ਹੌਲੀ ਹੌਲੀ ਅੱਗੇ ਇਹ ਧਰਮ ਫੈਲਦੇ ਗਏ ਭਾਰਤ ਦੇ ਵਿੱਚ ਜਾਂ ਫੋਰਨ ਦੇ ਵਿੱਚ, ਚੀਨ ਦੇ ਵਿੱਚ, ਨਾ ਜਿੰਨੇ ਵੀ ਆਪਣੇ ਟਾਪੂ ਸੀ, ਟਾਪੂ ਦੀਆਂ ਗੱਲ ਕਰਦੇ ਵੀ ਟਾਪੂ ਜਿਹੜੇ ਕਿ ਇੰਡੋਨੇਸ਼ੀਆ, ਮਲੇਸ਼ੀਆ, ਇੱਧਰ ਦੂਜੇ ਪਾਸੇ। ਹੁਣ ਗੰਗਾ ਦੇ ਮੈਦਾਨ ਦੇ ਵਿੱਚ ਬੁੱਧ ਧਰਮ ਤੇ ਜੈਨ ਧਰਮ ਦਾ ਜਨਮ ਹੁੰਦਾ ਗਾ। ਉਸ ਦੇ ਪਿੱਛੇ ਕਾਰਨ ਕੀ ਨੇ ਵੀ ਕਿਉਂ ਹੁੰਦਾ, ਕਿਉਂਕਿ ਜਿਹੜਾ ਹਿੰਦੂ ਧਰਮ ਸੀ, ਹਿੰਦੂ ਧਰਮ ਜਟਿਲ ਹੁੰਦਾ ਸੀ, ਜਾਂ ਕਹਿ ਲਈਏ ਲੋਕਾਂ ਨੂੰ ਉਸਦੇ ਪੂਜਣ ਦੇ ਲਈ ਜਿਹੜੀ ਔਖਾਈਆਂ ਆਉਂਦੀਆਂ ਸੀ, ਮੁਸ਼ਕਲਾਂ ਆਉਂਦੀਆਂ ਸੀ, ਉਸ ਦੇ ਵਿੱਚ ਰੀਤੀ ਰਿਵਾਜ ਹੀ ਇੰਨਾ ਜ਼ਿਆਦਾ ਸੀ, ਹੋਰ ਜੁੱਧ, ਜਾਦੂ ਟੂਣੇ ਵਗੈਰਾ ਬਹੁਤ ਜ਼ਿਆਦਾ
ਇਦਾਂ ਦੇ ਰੀਤੀ ਰਿਵਾਜ਼ ਸੀ ਕਿ ਲੋਕਾਂ ਲਈ ਇਸ ਹਿੰਦੂ ਧਰਮ ਨੂੰ ਪੁੱਜਣਾ ਬੜਾ ਔਖਾ ਹੋ ਗਿਆ। ਫਿਰ ਉਸ ਤੋਂ ਬਾਅਦ ਇੱਕ ਸਰਲ ਧਰਮ ਜਾ ਕਹਿ ਲਈਏ ਆਪਾਂ ਸਰਲ ਸਾਦਾ ਧਰਮ ਉਹ ਸ਼ੁਰੂ ਹੋਏ, ਬੁੱਧ ਧਰਮ ਤੇ ਜੈਨ ਧਰਮ। ਤਾਂ ਇਹਦੇ ਵਿੱਚ ਕੀ ਹੈ, ਜਿਹੜੇ ਜਿੰਨੇ ਵੀ ਹਿੰਦੂ ਧਰਮ ਦੇ ਵਿੱਚ ਰਸਮੋ ਰਿਵਾਜ਼ ਸੀ ਉਹਨਾਂ ਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ। ਉਹਨਾਂ ਦੇ ਸਿਧਾਂਤਾਂ ਦੇ ਜਿਹੜੇ ਹਿੰਦੂ ਧਰਮ ਦੇ ਸਿਧਾਂਤ ਸੀ ਉਹਨਾਂ ਦੇ ਉਪਜਿਟ ਜਿਹੜੇ ਸਿਧਾਂਤ ਸੀ ਉਹ ਰੱਖੇ ਗਏ। ਇਸ ਕਰਕੇ ਲੋਕਾਂ ਦਾ ਇੱਧਰ ਨੂੰ ਆਉਣਾ ਜਿਹੜਾ ਸ਼ੁਰੂ ਹੋਇਆ। ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਉੱਤਰੀ ਗੰਗਾ ਦੇ ਮੈਦਾਨ ਦੇ ਵਿੱਚ ਹਿੰਦੂਆਂ, ਬੋਧੀਆਂ ਤੇ ਜੈਨੀਆਂ ਦੇ ਪ੍ਰਸਿੱਧ ਜਿਹੜੇ ਧਾਰਮਿਕ ਸਥਾਨ। ਨੰਬਰ ਤਿੰਨ ਤੇ ਹੁਣ ਗੰਗਾ ਦੇ ਮੈਦਾਨ ਜਿਹੜਾ ਹੈ ਉਹ ਨਾ ਕੇਵਲ ਹਿੰਦੂਆਂ ਦੇ ਵੱਖ ਵੱਖ ਮਤਾਂ ਦਾ, ਜਿਵੇਂ ਕਿ ਵੱਖ ਹਿੰਦੂ ਧਰਮ ਦੇ ਵਿੱਚ ਵੀ ਮਤ ਨੇ, ਜਿਵੇਂ ਵੈਸ਼ਨਵ ਮਤ ਹੋ ਗਿਆ, ਸਹਿਮਤ ਹੋ ਗਿਆ, ਤੇ ਫਿਰ ਇਹਦੇ ਨਾਲ ਨਾਲ ਬੁੱਧ ਧਰਮ, ਜੈਨ ਧਰਮ ਦਾ ਵਿਕਾਸ ਹੁੰਦਾ ਗਾ ਗੰਗਾ ਦੇ ਮੈਦਾਨ ਦੇ ਵਿੱਚ। ਤੇ ਇੱਥੇ ਜਿਹੜੇ ਧਾਰਮਿਕ ਸਥਾਨ ਨੇ, ਜੇ ਆਪਾਂ ਹਿੰਦੂਆਂ ਨੇ ਦੇਖੀਏ ਹਰਿਦੁਆਰ, ਵਾਰਾਣਸੀ, ਮਥੁਰਾ, ਇਲਾਹਾਬਾਦ, ਕੁਰੂਕਸ਼ੇਤਰ, ਇਹ ਜਿਹੜੇ ਸਾਰੇ ਹਿੰਦੂ ਧਰਮ ਨਾਲ ਰਿਲੇਟਡ ਤੀਰਥ ਸਥਾਨ ਨੇ। ਫਿਰ ਜੇ ਆਪਾਂ ਬੁੱਧ ਧਰਮ ਦੀ ਗੱਲ ਕਰੀਏ ਬੁੱਧ ਧਰਮ ਦੇ ਰਿਲੇਟਡ ਲੁੰਬਨੀ, ਕਪਿਲ ਵਸਤੂ, ਗਿਆ, ਸਾਰਨਾਥ, ਸਰਾਵਸਤੀ, ਕੁਸ਼ੀਨਗਰ, ਜਿਹੜੇ ਇਹ ਪਵਿੱਤਰ ਸਥਾਨ ਮੰਨੇ ਜਾਂਦੇ ਨੇ ਬੁੱਧ ਧਰਮ ਦੇ। ਫਿਰ ਜੈਨੀਆਂ ਦੀ ਜੇ ਆਪਾਂ ਗੱਲ ਕਰੀਏ ਵੈਸ਼ਾਲੀ, ਨਲੰਦਾ, ਰਾਜਗ੍ਰਹਿ, ਇਹ ਜਿਹੜੇ ਜੈਨ ਧਰਮ ਨਾਲ ਰਿਲੇਟਡ ਧਾਰਮਿਕ ਸਥਾਨ ਨੇ। ਫਿਰ ਹੈ ਉੱਤਰੀ ਭਾਰਤ ਵਿੱਚ ਇਸਲਾਮ ਧਰਮ ਦਾ ਅਧਿਕ ਪ੍ਰਚਾਰ। ਹੁਣ ਉੱਤਰੀ ਭਾਰਤ ਦੇ ਵਿੱਚ ਕੀ ਹੈ ਇਸਲਾਮ ਧਰਮ ਦਾ ਅਧਿਕ ਪ੍ਰਚਾਰ ਕਿਉਂ ਹੋਇਆ? ਭੂਗੋਲਿਕ, ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਧਾਰਮਿਕ ਖੇਤਰ ਦੇ ਵਿੱਚ ਇਹ ਇੱਕ ਵੱਖਰਾ ਪ੍ਰਭਾਵ ਇਹ ਪਾਇਆ ਕਿ ਉੱਤਰ ਪੱਛਮ ਦੇ ਵੱਲੋਂ ਜਿਹੜੇ ਮੁਸਲਮਾਨ ਹਮਲਾਵਰ ਆਏ ਉਹਨਾਂ ਨੇ ਸਭ ਤੋਂ ਪਹਿਲਾਂ ਉੱਤਰ ਭਾਰਤ ਦੇ ਵੱਲ ਉੱਤਰ ਪੱਛਮੀ ਰਸਤੇ ਦੇ ਦਰਿਆ ਦੇ ਰਾਹੀਂ ਲੰਘ ਕੇ ਆਏ, ਤਾਂ ਉੱਤਰੀ ਭਾਰਤ ਦੇ ਵਿੱਚ ਜ਼ਿਆਦਾ ਜਿਹੜਾ ਸੀਗਾ ਉਹਨਾਂ ਦਾ ਪ੍ਰਸਾਰ ਹੋਇਆ। ਜਾਂ ਉਹਨਾਂ ਨੇ ਉੱਥੇ ਰਾਜ ਸਥਾਪਿਤ ਕੀਤੇ ਧਰਮ, ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਅਲਾਉਦੀਨ ਖਲਜੀ, ਮੁਹੰਮਦ ਬਿਨ ਤੁਗਲਕ, ਅਕਬਰ, ਔਰੰਗਜ਼ੇਬ ਵਰਗੇ ਜਿਹੜੇ ਹਾਕਮ ਸੀ, ਮੁਸਲਮਾਨ ਹਾਕਮ ਸੀ, ਇਹਨਾਂ ਨੇ ਉੱਤਰੀ ਭਾਰਤ ਦੇ ਵਿੱਚ ਜਿਹੜਾ ਇਸਲਾਮ ਧਰਮ ਦਾ ਪ੍ਰਚਾਰ ਕੀਤਾ। ਫਿਰ ਦੱਖਣ ਭਾਰਤ ਦੇ ਵਿੱਚ ਵੀ ਇਹ ਇਸਲਾਮ ਧਰਮ ਦਾ ਪ੍ਰਸਾਰ ਕਰਨ ਦੇ ਵਿੱਚ ਲੱਗੇ ਰਹੇ। ਉੱਤਰੀ ਭਾਰਤ ਦੇ ਵਿੱਚ ਕਿਉਂ ਜ਼ਿਆਦਾ ਹੋਇਆ? ਕਿਉਂਕਿ ਜਿੰਨੇ ਵੀ ਸਾਮਰਾਜ ਸਥਾਪਿਤ ਹੋਏ ਨੇ ਮੁਸਲਿਮ ਸਾਮਰਾਜ, ਉਹ ਸਭ ਤੋਂ ਪਹਿਲਾਂ ਉੱਤਰੀ ਭਾਰਤ ਦੇ ਵਿੱਚ ਸਥਾਪਿਤ ਹੋਏ ਨੇ। ਇਸ ਕਰਕੇ ਉੱਤਰ ਭਾਰਤ ਦੇ ਵਿੱਚ ਇਸਲਾਮ ਧਰਮ ਦਾ ਜਿਹੜਾ ਪ੍ਰਚਾਰ ਅਤੇ ਪ੍ਰਸਾਰ ਉਹ ਜ਼ਿਆਦਾ ਹੋਇਆ। ਫਿਰ ਉਸ ਤੋਂ ਬਾਅਦ ਭਾਰਤੀ ਲੋਕਾਂ ਦਾ ਭਾਗਵਾਦੀ ਹੋਣਾ। ਪ੍ਰਾਚੀਨ ਕਾਲ ਦੇ ਵਿੱਚ ਲੋਕਾਂ ਦਾ ਜਿਹੜਾ ਕੁਦਰਤ ਦੇ ਉੱਤੇ ਕੋਈ ਕੰਟਰੋਲ ਨਹੀਂ ਸੀ। ਜਿਵੇਂ ਕਿ ਜੇ ਆਪਾਂ ਗੱਲ ਕਿਵੇਂ ਕੁਦਰਤੀ ਜਿਵੇਂ ਆਫਤਾਂ ਨੇ, ਕੁਦਰਤੀ ਆਫਤਾਂ ਨੇ, ਹਨੇਰੀ ਆ ਗਈ, ਤੂਫਾਨ ਆ ਗਿਆ, ਹੜ੍ਹ ਆ ਗਿਆ, ਸੋਕਾ ਪੈ ਗਿਆ, ਭੂਚਾਲ ਆ ਗਿਆ, ਇਹ ਜਿਹੜੀਆਂ ਕੁਦਰਤੀ ਆਫਤਾਂ ਨੇ ਇਹਨਾਂ ਦਾ ਭਾਰਤੀ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਸੀਗਾ। ਇਹਨਾਂ ਮਤਲਬ ਕਿ ਲੋਕਾਂ ਦੇ ਹੱਥ ਵਿੱਚ ਕੁਛ ਨਹੀਂ ਸੀਗਾ ਜੇ ਆਫਤਾਂ ਆਉਂਦੀਆਂ ਨੇ। ਤਾਂ ਇਹਨਾਂ ਕੁਦਰਤੀ ਆਫਤਾਂ ਦੇ ਸਾਹਮਣੇ ਜਿਹੜੇ ਲੋਕ ਸੀ ਉਹ ਬੇਵਸ ਹੋ ਜਾਂਦੇ ਸੀ। ਇਸ ਕਰਕੇ ਫਿਰ ਉਹ ਕੀ ਕਰਦੇ ਸੀ, ਜੇ ਵੀ ਕੋਈ ਆਫਤ ਆ ਗਈ ਤਾਂ ਉਹ ਆਪਣੇ ਭਾਗਾਂ ਦੇ ਛੱਡ ਦਿੰਦੇ ਸੀ। ਇੱਥੋਂ ਦੇ ਜਿਹੜੇ ਲੋਕ ਸੀ, ਭਾਰਤੀ ਲੋਕ ਸੀਗੇ, ਉਹ ਆਪਣੇ ਆਪ ਨੂੰ ਜਿਹੜਾ ਹੈਗਾ ਸਮਰਪਣ ਕਰ ਦਿੰਦੇ ਸੀ ਵੀ ਇਹ ਤਾਂ ਸਾਡੀ ਕਿਸਮਤ ਦੇ ਵਿੱਚ ਇਹ ਲਿਖਿਆ ਹੋਇਆ ਹੈ, ਆਹ ਕੰਮ ਹੋ ਗਿਆ, ਉਹ ਕੰਮ ਹੋ ਗਿਆ, ਚੰਗਾ ਹੋ ਗਿਆ, ਮਾੜਾ ਹੋ ਗਿਆ, ਵੀ ਸਾਡੇ ਭਾਗਾਂ ਦੇ ਵਿੱਚ ਜੋ ਲਿਖਿਆ ਹੈ ਉਹੀ ਸਾਡੇ ਦੇ ਨਾਲ ਹੋ ਰਿਹਾ ਹੈਗਾ। ਤੇ ਆਪ ਜਿਹੜਾ ਹੈਗਾ
ਵੀ ਆਪ ਹਿੰਮਤ ਨਹੀਂ ਸੀ ਕਰਦੇ ਹੈਗੇ ਵੀ ਜਿਵੇਂ ਕਿ ਬਾਹਰੋਂ ਜਦੋਂ ਹੁਣ ਦੁਸ਼ਮਣ ਆਉਂਦੇ ਸੀ ਹਮਲਾਵਰ ਆਉਂਦੇ ਸੀ ਹੁਣ ਉਹ ਵੀ ਇੱਕ ਆਪਣੇ ਭਾਗ ਦੇ ਵਿੱਚ ਹੀ ਜਿਹੜੇ ਲਿਖੇ ਹੋਏ ਮੰਨਦੇ ਸੀ ਵੀ ਇਹਨਾਂ ਦਾ ਸਾਡੇ ਦੇ ਉੱਤੇ ਹਮਲਾ ਵੀ ਸਾਡੀ ਕਿਸਮਤ ਦੇ ਵਿੱਚ ਹੀ ਲਿਖਿਆ ਹੈ ਉਹਨਾਂ ਦੇ ਉਲਟ ਜਿਹੜਾ ਸੀਗਾ ਜਾ ਕੇ ਲੜਾਈ ਨਹੀਂ ਸੀ ਕਰਦੇ ਬਹੁਤੇ ਲੋਕ ਜਿਵੇਂ ਉਹਨਾਂ ਦੇ ਦਿਮਾਗੀ ਤੌਰ ਤੇ ਉਹਨਾਂ ਦੇ ਵਿੱਚ ਇੱਕ ਜਿਹੜੀ ਭਾਗਵਾਦੀ ਜਿਹੜੀ ਸੀਗੀ ਇੱਕ ਸੁਭਾਅ ਬਣ ਗਿਆ ਸੀ ਉਸ ਤੋਂ ਬਾਅਦ ਸੰਸਕ੍ਰਿਤ ਖੇਤਰ ਦੇ ਵਿੱਚ ਪ੍ਰਭਾਵ ਕੀ ਨੇ ਨੰਬਰ ਇੱਕ ਤੇ ਅਨੇਕਤਾ ਵਿੱਚ ਏਕਤਾ ਹੁਣ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਕਰਕੇ ਅਨੇਕਤਾ ਦੇ ਵਿੱਚ ਏਕਤਾ ਕਿਵੇਂ ਪਾਈ ਜਾਂਦੀ ਆ ਜਿਵੇਂ ਆਪਾਂ ਹੁਣ ਇੱਥੇ ਭਾਰਤ ਦੇ ਵਿੱਚ ਦੇਖਦੇ ਹਾਂ ਇੱਥੋਂ ਜਿਹੜੀ ਹੈਗੀ ਆ ਧਰਤੀ ਵੀ ਬਿਲਕੁਲ ਹੀ ਅਲੱਗ ਅਲੱਗ ਕਿਸਮ ਦੀ ਆ ਜਿਵੇਂ ਕਿ ਕਿਤੇ ਪਥਰੀਲੀ ਆ ਕਿਤੇ ਰੇਤਲੀ ਆ ਕਿਤੇ ਉਪਜਾਊ ਆ ਉਸ ਤਰ੍ਹਾਂ ਤੇ ਪੌਣ ਪਾਣੀ ਵੀ ਵੱਖਰਾ ਵੱਖਰਾ ਹੈਗਾ ਪਸ਼ੂ ਪੰਛੀ ਵੀ ਅਲੱਗ ਅਲੱਗ ਨੇ ਇੱਥੋਂ ਦੀ ਜਿਹੜੀ ਬਨਸਪਤੀ ਆ ਉਹ ਵੀ ਅਲੱਗ ਅਲੱਗ ਆ ਤੇ ਵੱਖ ਵੱਖ ਸ਼ਕਲਾਂ ਦੇ ਲੋਕ ਨੇ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਨੇ ਵੱਖ ਵੱਖ ਪ੍ਰਕਾਰ ਦੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਨੇ ਤੇ ਵੱਖ ਵੱਖ ਜਾਤੀਆਂ ਦੇ ਸ਼੍ਰੇਣੀਆਂ ਦੇ ਲੋਕ ਜਿਹੜੇ ਮਿਲਦੇ ਨੇ ਪਰ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਇਹਨਾਂ ਨੂੰ ਕੀਤਾ ਵੀ ਵੱਖ ਵੱਖ ਕਿਸਮਾਂ ਦੇ ਹੋਣ ਦੇ ਕਰਕੇ ਵੀ ਵੱਖ ਵੱਖ ਮਤਲਬ ਕਿ ਇੰਨਾ ਜਿਹੜੀ ਅਨੇਕਤਾ ਹੋਣ ਦੇ ਕਰਕੇ ਵੀ ਜਿਹੜੀ ਭਾਰਤ ਦੇ ਵਿੱਚ ਏਕਤਾ ਪਾਈ ਜਾਂਦੀ ਹੈ ਭਾਰਤ ਦੇ ਲੋਕਾਂ ਦੇ ਵਿੱਚ ਸਮਾਜਿਕ ਏਕਤਾ ਪਾਈ ਜਾਂਦੀ ਆ ਧਾਰਮਿਕ ਏਕਤਾ ਪਾਈ ਜਾਂਦੀ ਆ ਸੰਸਕ੍ਰਿਤਕ ਏਕਤਾ ਪਾਈ ਜਾਂਦੀ ਆ ਉਹ ਕਿਹਦੇ ਕਰਕੇ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਕਰਕੇ ਨੰਬਰ ਦੋ ਤੇ ਪੰਜਾਬ ਦੀ ਮਿਲੀ ਜੁਲੀ ਸੰਸਕ੍ਰਿਤੀ ਹੁਣ ਭਾਰਤ ਦੀ ਮਿਲੀ ਜੁਲੀ ਸੰਸਕ੍ਰਿਤੀ ਕਿਉਂ ਆ ਵੀ ਮਿਕਸਚਰ ਮਤਲਬ ਕਿ ਇੱਕ ਮਿਕਸ ਜਿਹੜੀ ਸੰਸਕ੍ਰਿਤੀ ਮਿਲਦੀ ਆ ਕੋਈ ਇੱਕ ਮਤਲਬ ਕਿ ਹੈ ਨੀ ਵੀ ਸਾਰਿਆਂ ਦੇ ਇੱਕੋ ਤਰ੍ਹਾਂ ਦੀ ਹੈ ਵੀ ਇੱਕ ਮਿਲੀ ਜੁਲੀ ਮਿਕਸ ਜਿਹੜੀ ਸੰਸਕ੍ਰਿਤੀ ਪਾਈ ਜਾਂਦੀ ਹੈ ਮਿਕਸ ਕਲਚਰ ਪਾਇਆ ਜਾਂਦਾ ਹੈਗਾ ਹੁਣ ਪੰਜਾਬ ਦੇ ਵਿੱਚ ਜਿਹੜਾ ਹਮਲਾਵਰ ਜਿਵੇਂ ਕਿ ਆਪਾਂ ਆਉਂਦੇ ਹਾਂ ਪ੍ਰਵੇਸ਼ ਦੁਆਰ ਹੋਣ ਦੇ ਕਰਕੇ ਇੱਥੇ ਇਰਾਨੀ ਵੀ ਆਏ ਯੂਨਾਨੀ ਵੀ ਆਏ ਸੀਥੀਅਨ ਵੀ ਆਏ ਕੁਸ਼ਾਣ ਵੀ ਆਏ ਹੂਣ ਤੁਰਕ ਮੁਗਲ ਅਫਗਾਨ ਇਹ ਜਿੰਨੇ ਵੀ ਹਮਲਾਵਰ ਆਏ ਨੇ ਸਭ ਤੋਂ ਪਹਿਲਾਂ ਉਹ ਪੰਜਾਬ ਦੇ ਵਿੱਚ ਪ੍ਰਵੇਸ਼ ਕਰਕੇ ਪੰਜਾਬ ਦੇ ਲੋਕਾਂ ਨਾਲ ਲੜੇ ਜਾਂ ਪੰਜਾਬ ਦੇ ਲੋਕਾਂ ਦੇ ਉੱਤੇ ਕਬਜ਼ਾ ਕੀਤਾ ਇੱਥੋਂ ਦੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਦੇ ਨਾਲ ਵਿਆਹ ਕਰ ਲਏ ਇਸ ਕਰਕੇ ਇੱਥੇ ਜਿਹੜੀ ਸੀਗੀ ਸੰਸਕ੍ਰਿਤੀ ਦੇ ਬਿਨਾਂ ਮਿਕਸਚਰ ਹੋਇਆ ਕਲਚਰ ਦੇ ਵਿੱਚ ਮਿਕਸਚਰ ਹੁੰਦਾ ਗਿਆ ਇੱਥੇ ਜੇ ਆਪਾਂ ਪੰਜਾਬ ਦੇ ਵਿੱਚ ਗੱਲ ਕਰੀਏ ਸੰਸਕ੍ਰਿਤ ਪਾਲੀ ਅਰਬੀ ਫਾਰਸੀ ਤੁਰਕੀ ਜਿਹੜੀ ਇਹਨਾਂ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਹਿੰਦੂ ਬੁੱਧ ਜੈਨ ਯੂਨਾਨੀ ਜਾਂ ਇਸਲਾਮ ਜਿਹੜੇ ਇੱਦਾਂ ਦੇ ਲੋਕ ਧਰਮ ਨੂੰ ਮੰਨਣ ਵਾਲੇ ਲੋਕ ਵੀ ਇੱਥੇ ਪੰਜਾਬ ਦੇ ਵਿੱਚ ਸੀਗੇ ਮਤਲਬ ਇੱਦਾਂ ਸਾਰੇ ਕਿਸਮ ਦਾ ਜਿਹੜਾ ਮਿਕਸਚਰ ਕਲਚਰ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਮਿਲ ਜਾਂਦਾ ਸੀ ਨੰਬਰ ਤਿੰਨ ਭਾਰਤ ਵਿੱਚ ਅਦੁੱਤੀ ਧਾਰਮਿਕ ਸਾਹਿਤ ਦੀ ਰਚਨਾ ਨੰਬਰ ਤਿੰਨ ਤੇ ਭਾਰਤ ਜਿਹੜਾ ਹੈਗਾ ਆਪਣੀ ਕੁਦਰਤੀ ਸੁੰਦਰਤਾ ਦੇ ਵਿੱਚ ਸੰਸਾਰ ਦੇ ਵਿੱਚ ਅੱਗੇ ਰਿਹਾ ਸ਼ੁਰੂ ਤੋਂ ਹੀ ਅੱਗੇ ਰਿਹਾ ਕਿਉਂ ਰਿਹਾ ਕਿਉਂਕਿ ਇੱਥੇ ਹਿਮਾਲਿਆ ਜਿਹੜਾ ਹੈ ਹਿਮਾਲਿਆ ਦੇ ਉੱਚੇ ਉੱਚੇ ਪਹਾੜ ਨੇ ਵਿਸ਼ਾਲ ਹਰੇ ਭਰੇ ਜੰਗਲ ਨੇ ਮਨੋਹਰ ਝਰਨੇ ਨੇ ਝੀਲਾਂ ਨੇ ਨਦੀਆਂ ਨੇ ਪੁਰਾਤਨ ਕਾਲ ਦੇ ਵਿੱਚ ਇੱਦਾਂ ਦੀ ਜਿਹੜੀ ਆ ਇਹਨਾਂ ਸਾਰੇ ਇਹਨਾਂ ਕੁਦਰਤੀ ਜਿੰਨੇ ਵੀ ਸਰੋਤ ਸੀਗੇ ਇਹਨਾਂ ਦਾ ਇੱਕ ਕਲਪਨਾ ਜਿਹੜੀ ਆ ਭਾਰਤੀ ਸਾਹਿਤ ਦੇ ਵਿੱਚ ਮਿਲਦੀ ਆ ਜਿੰਨਾ ਵੀ ਕੁਦਰਤੀ ਜਿਹੜੇ ਨਜ਼ਾਰੇ ਨੇ ਕੁਦਰਤੀ ਜਿਹੜੇ ਦ੍ਰਿਸ਼ ਨੇ ਉਹ ਸਾਰੇ ਦੇ ਸਾਰੇ ਧਾਰਮਿਕ ਸਾਹਿਤ ਦੇ ਵਿੱਚ ਪਾਏ ਜਾਂਦੇ ਨੇ ਅਸੀਂ ਉਸ ਜਦੋਂ ਵੀ ਆਪਾਂ ਵੇਦਾਂ ਦੀ ਗੱਲ ਕਰੀਏ ਉਪਨਿਸ਼ਦਾਂ ਦੀ ਗੱਲ ਕਰੀਏ ਬ੍ਰਾਹਮਣਾਂ ਦੀ ਕਰੀਏ ਰਣਾਇਕਾ ਸੰਖੇ ਦਰਸ਼ਨ ਯੋਗ ਸ਼ਸਤਰ ਰਮਾਇਣ ਮਹਾਭਾਰਤ ਪੁਰਾਣ ਇਹ ਸਾਰੇ ਜਿਹੜੇ ਗ੍ਰੰਥ ਨੇ ਇਹ ਜਿਵੇਂ ਕਿ ਭਾਰਤ ਦੇ ਵਿੱਚ ਲਿਖੇ ਗਏ ਜਾਂ ਉੱਤਰੀ ਭਾਰਤ ਦੇ ਵਿੱਚ ਲਿਖੇ ਗਏ ਤਾਂ ਇਹਨਾਂ ਉੱਤਰੀ ਮਤਲਬ ਕਿ ਜਿੱਥੇ ਜਿੱਥੇ ਵੀ ਲਿਖੇ ਗਏ ਉੱਥੋਂ ਦਾ ਵਾਤਾਵਰਨ ਕਿਸ ਤਰ੍ਹਾਂ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਉਹ ਸਾਰੇ ਦਾ ਸਾਰਾ ਸਾਨੂੰ ਇਹਨਾਂ ਗ੍ਰੰਥਾਂ ਦੇ ਵਿੱਚ ਉਸ ਸਮੇਂ ਦਾ ਮਿਲਦਾ ਗਾ ਕਿਸ ਤਰ੍ਹਾਂ ਦਾ ਸੀ ਅੱਗੇ ਹੈ ਗੰਗਾ ਦਾ ਮੈਦਾਨ ਮਹਾਨ ਵਿਦਵਾਨਾਂ ਅਤੇ ਵਿਸ਼ਵ ਵਿਦਿਆਲਿਆਂ ਦਾ ਕੇਂਦਰ ਰਿਹਾ
ਗੰਗਾ ਦਾ ਮਾਣ ਕਿਸ ਤਰ੍ਹਾਂ ਰਿਹਾ? ਹੁਣ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਇਹ ਵੀ ਇੱਕ ਅਸਰ ਪਾਇਆ, ਇੱਕ ਪ੍ਰਭਾਵ ਪਾਇਆ ਕਿ ਇੱਥੋਂ ਦੇ ਜਿਹੜੇ ਮੈਦਾਨ ਜਾਂ ਉਪਜਾਊ ਹੋਣ ਕਰਕੇ ਇੱਥੋਂ ਦੇ ਜਿਹੜਾ ਲੋਕਾਂ ਦਾ ਜੀਵਨ ਨਿਰਵਾਹ ਜਿਹੜਾ ਹੈ ਉਹਨਾਂ ਨੂੰ ਕੋਈ ਬਹੁਤੀ ਮੁਸ਼ਕਲ ਨਹੀਂ ਸੀ ਆਉਂਦੀ, ਕੋਈ ਔਖ ਨਹੀਂ ਸੀ ਆਉਂਦੀ। ਗੰਗਾ ਦੇ ਮੈਦਾਨ ਉਪਜਾਊ ਹੋਣ ਦੇ ਕਰਕੇ ਇੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਬਹੁਤ ਜ਼ਿਆਦਾ ਸੌਖਾ ਸੀ ਕਹਿ ਲਈ। ਇਸ ਕਰਕੇ ਉਹਨਾਂ ਨੇ ਦੂਜੇ ਪਾਸੇ ਧਿਆਨ ਦਿੱਤਾ, ਜਿਵੇਂ ਆਪਾਂ ਪਹਿਲਾਂ ਪੁਆਇੰਟ ਕੀਤਾ ਸੀਗਾ ਕਿ ਜਿਹੜੇ ਯੂਪੀ ਦੇ ਲੋਕ ਨੇ ਉਹ ਕੀ ਆ ਬੁੱਧੀਮਾਨ ਨੇ। ਕਿਉਂ ਨੇ? ਕਿਉਂਕਿ ਉਹਨਾਂ ਨੇ ਆਪਣਾ ਸਾਰੇ ਦਾ ਸਾਰਾ ਜਿਹੜੀ ਧਿਆਨ ਕਲਾ ਦੇ ਪਾਸੇ ਲਾਇਆ, ਸਾਹਿਤ ਦੇ ਪਾਸੇ ਲਾਇਆ, ਕਿਉਂਕਿ ਗੰਗਾ ਜੁੰਦਾਂ ਦੇ ਵਿੱਚ ਨਹੀਂ ਉਲਝੇ ਹੋ। ਤਾਂ ਇੱਥੇ ਜਿਹੜੇ ਗੰਗਾ ਦੇ ਮੈਦਾਨ ਦੇ ਵਿੱਚ ਮਹਾਨ ਵਿਦਵਾਨ ਪੈਦਾ ਹੋਏ, ਉਹਨਾਂ ਵਿਦਵਾਨਾਂ ਦੇ ਵਿੱਚੋਂ ਆਪਾਂ ਗੱਲ ਕਰੀਏ ਮੋਗਲੀਪੁੱਤ, ਤਿਸ, ਪਤੰਜਲੀ, ਅਸ਼ਵਗੋਸ਼, ਨਾਗਵਰਜੁਨ, ਕਾਲੀਦਾਸ, ਵਿਸਾਖਾ ਦੱਤ, ਹਰੀਸੈਨ, ਬਾਣ ਭੱਟ, ਚਾਂਦ ਬਰਦਾਈ, ਰਾਜ ਸ਼ੇਖਰ, ਸੂਰਦਾਸ, ਚੇਤਨਿਆ, ਮਹਾਪ੍ਰਭੂ, ਰਾਮਾਨੰਦ, ਕਬੀਰ, ਤੁਲਸੀਦਾਸ, ਇਹ ਸਾਰੇ ਦੇ ਸਾਰੇ ਜਿੰਨੇ ਵੀ ਵਿਦਵਾਨ ਨੇ ਇਹ ਉੱਤਰੀ ਮੈਦਾਨ ਦੇ ਵਿੱਚ ਗੰਗਾ ਦੇ ਮੈਦਾਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਜਨਮ ਹੋਇਆ। ਤਾਂ ਇਹਨਾਂ ਨੇ ਪ੍ਰਸਿੱਧ ਸਾਹਿਤ ਲਿਖਿਆ, ਪ੍ਰਸਿੱਧ ਸਾਹਿਤ ਲਿਖੇ, ਸਾਹਿਤ ਦੀ ਰਚਨਾ ਕੀਤੀ ਭਿੰਨ ਭਿੰਨ ਯੁੱਧਾਂ ਦੇ ਵਿੱਚ। ਇਸ ਕਰਕੇ ਜਿਹੜਾ ਸੀਗਾ ਗੰਗਾ ਦੇ ਮੈਦਾਨ ਵਿਦਵਾਨਾਂ ਦਾ ਖੇਤਰ ਮੰਨਿਆ ਗਿਆ, ਨਾ ਕਿ ਵਿਸ਼ਵ ਵਿਦਿਆਲਿਆਂ ਦਾ ਖੇਤਰ ਮੰਨਿਆ ਗਿਆ। ਵਿਸ਼ਵ ਵਿਦਿਆਲਿਆਂ ਦਾ ਕਿਉਂਕਿ ਇੱਥੇ ਜਿਹੜੀਆਂ ਯੂਨੀਵਰਸਿਟੀਆਂ ਸਥਾਪਿਤ ਹੋਈਆਂ, ਵਿਸ਼ਵ ਵਿਦਿਆਲਿਆ ਕਿਹਨਾਂ ਨੂੰ ਕਿਹਾ? ਯੂਨੀਵਰਸਿਟੀਆਂ ਨੂੰ। ਟੈਕਸਲਾ ਜਿਹੜਾ ਵਿਸ਼ਵ ਵਿਦਿਆਲਿਆ ਮੰਨਿਆ ਗਿਆ, ਟੈਕਸਲਾ, ਫਿਰ ਸਾਰਨਾਥ ਯੂਨੀਵਰਸਿਟੀ, ਟੈਕਸਲਾ ਯੂਨੀਵਰਸਿਟੀ, ਸਾਰਨਾਥ ਯੂਨੀਵਰਸਿਟੀ, ਨਲੰਦਾ ਯੂਨੀਵਰਸਿਟੀ, ਵਿਕਰਮਸਿਲਾ ਯੂਨੀਵਰਸਿਟੀ, ਉਜੈਨ ਯੂਨੀਵਰਸਿਟੀ, ਇਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਇਹ ਗੰਗਾ ਦੇ ਮੈਦਾਨ ਦੇ ਵਿੱਚ ਸਥਾਪਿਤ ਹੋਈਆਂ। ਅਖੀਰਲਾ ਪੁਆਇੰਟ ਹੈ ਲਲਿਤ ਕਲਾਵਾਂ ਦਾ ਅਦਭੁਤ ਵਿਕਾਸ। ਹੁਣ ਲਲਿਤ ਕਲਾਵਾਂ ਦੇ ਵਿੱਚ ਕੀ ਆ ਜਾਂਦਾ? ਠੀਕ ਹੈ, ਭਾਰਤ ਦੇ ਵੱਖ ਵੱਖ ਭਾਗਾਂ ਦੇ ਵਿੱਚ ਵੱਡੀਆਂ ਵੱਡੀਆਂ ਜਿਵੇਂ ਚਟਾਨਾਂ, ਵੱਖ ਵੱਖ ਪ੍ਰਕਾਰ ਦੇ ਪੱਥਰ, ਸੰਗਮਰਮਰ ਆਦਿ ਜਿਹੜੇ ਇਹ ਚੀਜ਼ਾਂ ਪਾਈਆਂ ਜਾਂਦੀਆਂ ਸੀ। ਹੁਣ ਇਹਨਾਂ ਤੋਂ ਕੀ ਤਿਆਰ ਕੀਤਾ? ਭਵਨ ਉਸਾਰੀ ਦੇ ਵਿੱਚ ਸਾਰਾ ਵਰਤਿਆ ਗਿਆ। ਭਿੰਨ ਭਿੰਨ ਯੁੱਗਾਂ ਦੇ ਵਿੱਚ ਵੱਡੇ ਵੱਡੇ ਕਿਲੇ ਬਣਾਏ ਗਏ, ਸੁੰਦਰ ਮਹਿਲ ਬਣਾਏ ਗਏ, ਮੰਦਿਰ ਬਣਾਏ ਗਏ, ਮਸਜਿਦਾਂ, ਮਕਬਰੇ, ਸਤੰਭ, ਸਤੂਪ, ਇਹਨਾਂ ਦਾ ਨਿਰਮਾਣ ਕੀਤਾ ਗਿਆ। ਤਾਂ ਇਹਨਾਂ ਦੇ ਵਿੱਚੋਂ ਜੇ ਆਪਾਂ ਦੇਖੀਏ ਵੀ ਲਲਿਤ ਕਲਾਵਾਂ ਦੇ ਵਿੱਚੋਂ ਇਹਨਾਂ ਚੀਜ਼ਾਂ ਬਣੀਆਂ, ਉਹਨਾਂ ਦੇ ਵਿੱਚੋਂ ਜੇ ਆਪਾਂ ਦੇਖੀਏ ਵੀ ਸਾਰਨਾਥ ਦਾ ਸਤੰਭ ਬੜਾ ਸੋਹਣਾ ਗਾ, ਸਾਂਚੀ ਦਾ ਸਤੂਪ, ਆਬੂ ਪਰਬਤ ਦੇ ਸੰਗਮਰਮ ਦੇ ਦਿਲਵਰਾ ਮੰਦਿਰ, ਆਗਰੇ ਦਾ ਕਿਲਾ, ਤਾਜ ਮਹਿਲ, ਹੋਰ ਦੂਜੇ ਭਵਨ, ਫਤਿਹਪੁਰ ਸੀਕਰੀ ਦੇ ਅਣਗਿਣਤ ਲਾਲ ਪੱਥਰ ਦੇ ਬਣੇ ਹੋਏ ਭਵਨ, ਦਿੱਲੀ ਦਾ ਲਾਲ ਕਿਲਾ, ਜਾਮਾ ਮਸਜਿਦ, ਇਹ ਸਾਰੇ ਦੇ ਸਾਰੇ ਜਿਹੜੇ ਨੇ ਲਲਿਤ ਕਲਾਵਾਂ ਦੇ ਵਿੱਚ ਆਉਂਦੇ ਨੇਗੇ। ਇਸ ਤਰ੍ਹਾਂ ਜਿਹੜਾ ਹੈਗਾ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਜਿਹੜਾ ਹੈਗਾ ਭਾਰਤ ਦੇ ਕਿਸ ਕਿਸ ਖੇਤਰ ਨੂੰ ਕਿਵੇਂ ਕਿਵੇਂ ਪ੍ਰਭਾਵਿਤ ਕੀਤਾ ਗਿਆ, ਇਹ ਸਾਰਾ ਆਪਾਂ ਇਸ ਵਿੱਚ ਦੇਖਿਆ ਗਾ। ਤਾਂ ਹੁਣ ਜੇ ਆਪਾਂ ਪੂਰਾ ਨਿਚੋੜ ਦੇਖੀਏ ਵੀ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਭਾਰਤ ਦੇ ਭਾਰਤੀ ਇਤਿਹਾਸ ਦੇ ਹਰੇਕ ਖੇਤਰ ਨੂੰ ਪ੍ਰਭਾਵਿਤ ਕੀਤਾ, ਰਾਜਨੀਤਿਕ ਖੇਤਰ ਨੂੰ, ਸਮਾਜਿਕ ਖੇਤਰ ਨੂੰ, ਆਰਥਿਕ ਖੇਤਰ ਨੂੰ, ਧਾਰਮਿਕ ਖੇਤਰ ਨੂੰ, ਸੰਸਕ੍ਰਿਤ ਖੇਤਰ ਦੇ ਉੱਤੇ ਜਿਹੜਾ ਡੂੰਘਾ ਜਿਹੜਾ ਪ੍ਰਭਾਵ ਪਾਇਆ। ਹੁਣ ਭਾਰਤੀ ਸਭਿਅਤਾ ਤੇ ਸੰਸਕ੍ਰਿਤੀ ਨੂੰ ਜਿਹੜਾ ਸੰਸਾਰ ਦੇ ਵਿੱਚ ਅੱਜ ਜੋ ਵੀ ਸਥਾਨ ਪ੍ਰਾਪਤ ਹੈ ਉਹ ਸਾਰੇ ਦਾ ਸਾਰਾ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਹੀ ਨਤੀਜਾ ਗਾ। ਵੀ ਜੋ ਵੀ ਸਥਾਨ ਭਾਰਤ ਨੂੰ ਅੱਜ ਮਿਲਦਾ ਗਾ ਦੁਨੀਆਂ ਦੇ ਵਿੱਚ, ਸੰਸਾਰ ਦੇ ਵਿੱਚ, ਉਸ ਦੇ ਪਿੱਛੇ ਕੀ ਆ? ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਯੋਗਦਾਨ। ਇਹ ਜਿਹੜਾ ਆਪਣਾ ਟੌਪਿਕ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਵਾਲਾ ਅੱਜ ਖਤਮ ਹੋ ਗਿਆ। ਹੁਣ ਆ ਦੇਖੋ ਮੈਂ ਇਕੱਲਾ ਇਕੱਲਾ ਪੁਆਇੰਟ ਜਿਹੜਾ ਇਸ ਵਿੱਚ ਦੇਖਣ ਲਿਆ ਸੀ, ਜਿਵੇਂ ਭਾਰਤ ਦੀਆਂ ਭਾਰਤ ਵਿੱਚ ਉਦੁੱਤੀ ਧਾਰਮਿਕ ਸਾਹਿਤ ਦੀ ਰਚਨਾ ਕੀ ਆ, ਇਹਦੇ ਵਿੱਚ ਹੁਣ ਰਿਗਵੇਦ ਆਪਣੇ ਵੇਦ ਆ ਗਏ, ਹੋਰ ਧਰਮ ਸ਼ਾਸਤਰ ਆ ਗਏ, ਪੁਰਾਣ ਆ ਗਏ,
ਤੇ ਮਹਾਂਕਾਵਿ ਆ ਗਏ, ਇਹ ਸਾਰਾ ਦਾ ਸਾਰਾ ਚਾਰਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ। ਫਿਰ ਆਹ ਗੰਗਾ ਦੇ ਮੈਦਾਨ ਦੇ ਵਿੱਚ ਜਿਹੜੇ ਵਿਦਵਾਨ ਹੋਏ ਨੇ, ਇਕੱਲੇ ਇਕੱਲੇ ਦਾ ਮੈਂ ਨਾਮ ਲਿਖਿਆ ਹੋਇਆ ਹੈਗਾ, ਮੋਗਲੀ ਪੁੱਤੇ, ਪਤੰਜਲੀ, ਅਸ਼ਭਗੂਸ਼, ਨਾਗਾਰਜੁਨ, ਕਾਲੀਦਾਸ, ਵਿਸਾਖਾ ਦੱਤ, ਹਰੀ ਸੈਨ, ਮਾਨ ਭੱਟ, ਇਹ ਸਾਰੇ ਦੇ ਸਾਰੇ ਜੋ ਮੈਂ ਜਿਹੜੇ ਉਚਾਰਨ ਕੀਤਾ ਸੀ, ਇਹ ਸਾਰਾ ਦਾ ਸਾਰਾ ਇੱਥੇ ਤੁਸੀਂ ਦੇਖ ਸਕਦੇ ਹੋ। ਫਿਰ ਲਲਿਤ ਕਲਾਵਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਵੀ ਮੰਦਿਰਾਂ ਦਾ, ਮਸਜਿਦਾਂ ਦਾ ਜਿਹੜਾ ਵੀ ਵਿਕਾਸ ਹੋਇਆ, ਕਿਸ ਤਰ੍ਹਾਂ ਕਲਾ ਦਾ ਇੱਕ ਨਮੂਨੇ ਜਿਹੜੇ ਨੇ ਅਲੱਗ ਅਲੱਗ ਤੁਸੀਂ ਦੇਖ ਸਕਦੇ ਹੋ। ਇਸ ਪਿਕਚਰ ਦੇ ਵਿੱਚ ਕੁਤਬ ਮੀਨਾਰ ਦਿਖਾਈ ਦੇ ਰਹੀ ਆ, ਤਾਜ ਮਹਿਲ ਦਿਖ ਰਿਹਾ ਹੈਗਾ, ਆ ਹੋਰ ਜਿਹੜੇ ਮੰਦਿਰ ਮੰਦਿਰ ਦਿਖ ਰਹੇ ਨੇ, ਲਾਲ ਕਿਲ੍ਹਾ ਦਿਖ ਰਿਹਾ, ਇਸ ਤਰ੍ਹਾਂ ਜਿਹੜਾ ਆਪਾਂ ਦੇਖ ਸਕਦੇ ਹਾਂ। ਤਾਂ ਇਹ ਜਿਹੜਾ ਆਪਣਾ ਨਿਚੋੜ, ਆਪਾਂ ਜੋ ਵੀ ਗੱਲਾਂ ਡਿਸਕਸ ਕੀਤੀਆਂ ਨੇ, ਸਾਰਾ ਨਿਚੋੜ ਆਪਾਂ ਨੇ ਕੱਢ ਲਿਆ ਹੈ। ਇਹ ਆਪਣਾ ਅੱਜ ਟੌਪਿਕ ਖਤਮ ਹੋ ਗਿਆ।